ਵਾਲੇਕੁਮ ਵੀਰੋ, ਕੀ ਹਾਲ ਆ? ਉਮੀਦ ਆ ਸਾਰੇ ਠੀਕ ਹੋਣਗੇ। ਅੱਜ ਆਪਾਂ ਫੇਰ ਹਾਜ਼ਰ ਇੱਕ ਨਵੀਂ ਵੀਡੀਓ ਦੇ ਨਾਲ, ਅਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨੇ ਆ। ਅਤੇ ਅੱਜ ਆਪਾਂ ਮੋਟਰਵੇ ਜਾਣਾ ਆ। ਸਾਡੇ ਪਿੰਡ ਦੇ ਕੋਲੋਂ ਮੋਟਰਵੇ ਵੀ ਲੰਘਦੀ ਆ, ਅਤੇ ਸਾਡਾ ਤਾਂ ਟਾਵਰ ਵੀ ਹੈ, ਜੈਜ਼ ਟਾਵਰ ਹੋ ਗਿਆ, ਟਾਵਰ ਵੀ ਹੈ, ਪਰ ਟਾਵਰ ਵੀ ਚੱਲਦੇ ਅਤੇ ਮੋਟਰਵੇ ਵੀ ਤੁਹਾਨੂੰ ਕਰਨੇ ਆ। ਅਤੇ ਆਪਾਂ ਇੱਕ ਦੋ ਚੀਜ਼ਾਂ ਵੀ ਲਿਆਉਣੀਆਂ, ਤਾਂ ਕੰਮ ਗੀਸ਼ ਹੀ ਲੈਣਾ, ਮੰਮਾ ਨੇ ਕਿਹਾ, ਅਤੇ ਆਪਾਂ ਚੱਲ ਨਹੀਂ ਗਏ ਸਾਡੇ ਨਾਲ ਹੀ ਹੋ। ਆਪਾਂ ਹੁਣ ਬਾਈਕ 'ਤੇ ਜਾ ਰਹੇ ਹਾਂ, ਤੁਹਾਨੂੰ ਆਪਾਂ ਸਾਡੇ ਪਿੰਡ ਮੋਟਰਵੇ ਲੰਘਦੇ, ਤੁਹਾਨੂੰ ਮੋਟਰਵੇ ਦਿਖਾਉਂਦੇ ਹਾਂ। ਆਪਾਂ ਜਾ ਰਹੇ ਹਾਂ, ਆਹ 70 ਹੈ, ਅਤੇ ਮਾਸ਼ਾਅੱਲਾ ਨਵੀਂ ਕਢਾਈ ਹੈ, ਥੋੜ੍ਹੀ ਦੇਰੀ ਹੋ ਗਈ ਹੈ। ਅਤੇ ਬਸ ਮੋਟਰਵੇ ਦਾ ਪੁੱਲ ਵੀ ਤੁਹਾਨੂੰ ਨਜ਼ਰ ਆ ਗਿਆ ਹੀ ਹੋਏਗਾ। ਬਸ ਆ ਗਿਆ, ਆਪਾਂ ਮੋਟਰਵੇ ਵੱਲ ਜਾ ਰਹੇ ਹਾਂ, ਫਿਰ ਆਪਾਂ ਟਾਵਰ ਜਾਣਦੇ ਹਾਂ। ਸਾਡਾ ਟਾਵਰ ਵੀ ਲੱਗਿਆ ਹੋਇਆ ਗਾਉਂ 'ਚ, ਜੈਜ਼ ਦਾ ਸਿਗਨਲ ਕਹਿ ਸਕਦੇ, ਸਿਗਨਲ ਹੀ ਦਿੰਦੇ ਉਹ ਵਾਲਾ ਟਾਵਰ। ਮੈਂ ਜਾ ਰਹੀ ਹਾਂ, ਵਾਲਾ ਵੀ ਮੱਤ ਆ ਜਾਂਦੀ ਯਾਰ ਮੋਟਰਸਾਈਕਲ ਦੇ, ਇੱਕ ਵਾਰੀ ਗੱਲ। ਸਾਡੇ ਪਿੰਡ ਦੇ ਕੋਲ ਮੋਟਰਵੇ ਲੰਘਦੀ ਹੈ, ਅਤੇ ਨਾਲ ਹੀ ਉਹ ਬਾਈਪਾਸ ਦੇ ਕਿਤੇ ਮੋਟਰਵੇ ਤੋਂ ਐਂਟਰ ਨਹੀਂ ਆਈ ਦਾ, ਸਾਰੀ ਮੋਟਰਵੇ ਬੜੀ ਮੁਸੀਬਤ ਹੈ। ਕਦੋਂ ਮੋਟਰਸਾਈਕਲ 'ਤੇ ਬਹੀ ਜਾਂਦਾ ਨਾ, ਆਹ ਵਾਲ ਬਹੁਤ ਖਰਾਬ ਹੋ ਜਾਂਦੇ, ਹਵਾ ਹੂ ਪੈ ਜਾਂਦੀ ਹੈ ਅਤੇ ਵਾਲ ਖਰਾਬ ਹੋ ਜਾਂਦੇ ਆ। ਅਤੇ ਨਾਲੇ ਪਿੱਛੇ ਆ ਗੰਦਮ, ਗੰਨੇ ਕਿਹਨੂੰ ਕਹਿੰਦੇ ਆ, ਉਹ ਲੱਗੇ ਹੋਏ ਆ, ਕਾਫੀ ਜ਼ਿਆਦਾ ਲੱਗਿਆ ਹੋਇਆ। ਅੱਜ ਕੱਲ੍ਹ ਗੰਨਿਆਂ ਦਾ ਸੀਜ਼ਨ ਹੈ, ਅਤੇ ਹਰ ਪਾਸੇ ਗੰਦਮ ਹੀ ਲੱਗਿਆ ਹੋਇਆ। ਮੈਂ ਤਾਂ ਭਾਈ ਕੰਨਾਂ ਪੁੱਟ ਕੇ ਖਾਣ ਲੱਗਾ ਅਤੇ ਚੁੱਪਣ ਲੱਗਾ, ਅਤੇ ਤੁਸੀਂ ਕਿਸੇ ਨੂੰ ਚੁੱਪਣਾ ਤਾਂ ਆ ਜਾਓ। ਤੁਸੀਂ ਮੋਟਰਵੇ ਦਾ ਪੁੱਲ 'ਤੇ ਦੇਖ ਲਿਆ, ਇੱਧਰ ਆਪਣਾ ਗਾਉਂ ਹੈ ਪਿੰਡ ਹੈ, ਅਤੇ ਆਹ ਮੋਟਰਵੇ ਦੇ ਪੁੱਲ ਦੇ ਥੱਲੇ ਥੱਲੇ ਦੀ ਜਾ ਰਹੇ ਆਪਾਂ, ਤੋਂ ਪੁੱਲ ਦੇ ਥੱਲੇ ਵੀ ਬਣਿਆ ਹੋਇਆ ਰਸਤਾ, ਕੋਈ ਅੱਗੇ ਵੀ ਪਿੰਡ, ਅਤੇ ਫਿਰ ਪਿੰਡ ਦੇ ਵਿੱਚੋਂ ਉਹਨਾਂ ਨੇ ਸੜਕ ਬਣਾਈ ਹੋਈ ਹੈ ਨਾ। ਆਹ ਫਿਰ ਮੋਟਰਵੇ ਦਾ ਪੁੱਲ ਆ ਗਿਆ, ਹੁਣ ਆਪਾਂ ਟਾਵਰ ਜਾ ਰਹੇ ਹਾਂ, ਅਤੇ ਤੁਹਾਨੂੰ ਆਪਣਾ ਟਾਵਰ ਦਿਖਾਉਂਦੇ ਹਾਂ, ਠੀਕ ਹੈ? ਸਾਡੇ ਨਾਲ ਰਹੀਓ, ਫਿਰ ਆ ਜਾਓ, ਜਾਂਦੇ ਹਾਂ ਪਿੰਡ ਦੇ ਨਾਲ, ਪਿੰਡ ਦੇ ਵਿੱਚ ਹੀ ਹੈ ਬਸ ਮੋਟਰਵੇ ਦੇ ਨਾਲ ਆ, ਸਕੂਲ ਬਣਿਆ ਹੋਇਆ ਗੌਰਮੈਂਟ ਲੜਕੀਆਂ ਦਾ ਸਕੂਲ ਹੈ, ਤੁਹਾਨੂੰ ਜ਼ੂਮ ਕਰਕੇ ਦਿਖਾ ਛੱਡਨੇ ਆ, ਕੋਈ ਡਾਊਟ ਹੀ ਨਾ ਰਹਿ ਜੇ। ਆਹ ਸਕੂਲ ਬਣਿਆ ਹੋਇਆ। ਆਪਾਂ ਹੁਣ ਜਾ ਰਹੇ ਹਾਂ ਉਹ ਟਾਵਰ ਦੇ, ਅਤੇ ਤਕਰੀਬਨ ਉੱਥੋਂ 3-4 ਕਿਲੋਮੀਟਰ ਹੈ, ਅਤੇ ਮੈਂ 3-4 ਕਿਲੋਮੀਟਰ ਦੀ ਵੀਡੀਓ ਤਾਂ ਨਹੀਂ ਬਣਾ ਸਕਦਾ, ਮੈਂ ਜਾਣਾ ਵਾ ਸ਼ੂਟਰ 'ਤੇ, ਸ਼ੂਟਰ 'ਚ ਮੈਂ ਹੈ ਵੀ ਇਕੱਲਾ ਵਾਂ, ਅਤੇ ਇੱਕ ਹੱਥ ਨਾਲ ਬਾਈਕ ਚਲਾ ਰਿਹਾ, ਦੂਸਰੇ ਹੱਥ 'ਚ ਮੋਬਾਈਲ ਲੱਗਦਾ, ਫਿਰ ਨਾ ਬਾਈਕ ਨਹੀਂ ਚੱਲਦੀ, ਅਤੇ ਮਾਸ਼ਾਅੱਲਾ ਤਾਂ ਸੜਕ ਵੀ ਬਹੁਤ ਪਿਆਰੀ, ਕਿੱਧਰ ਦੀ ਮੈਂ ਜਾਣਾ ਵਾਂ, ਲੇਕਿਨ ਹੁਣ ਮੈਂ ਉੱਥੇ ਪਹੁੰਚ ਕੇ ਬਾਕੀ ਵੀਡੀਓ ਬਣਾਊਂਗਾ, ਅਤੇ ਠੀਕ ਹੈ। ਮਾਸ਼ਾਅੱਲਾ ਬਸ ਆਪਾਂ, ਮੈਂ 2 ਕਿਲੋਮੀਟਰ ਤੈਅ ਕਰ ਲਿਆ ਹੈ, ਹੁਣ ਬਸ ਟਾਵਰ ਕੋਲ ਹੀ ਹੈ, ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਵੇ, ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਥੋੜ੍ਹਾ ਜਿਹਾ, ਕਿਤੇ ਮੇਰਾ ਭਰਾ ਮੈਨੂੰ ਆਪ ਨਜ਼ਰ ਆ ਰਿਹਾ, ਇੱਕ ਮਿੰਟ ਦੇਖਣ ਦੇ, ਉਹ ਲੱਭ ਗਿਆ, ਨਜ਼ਰ ਆਇਆ ਥੋੜ੍ਹਾ ਜਿਹਾ। ਆਪਾਂ ਉਹਨਾਂ ਦੇ ਨਜ਼ਦੀਕ ਚੱਲਣੇ, ਅਤੇ ਫਿਰ ਜਾ ਕੇ ਵੀਡੀਓ ਬਣਾਉਂਦੇ ਹਾਂ, ਠੀਕ ਹੈ? ਆਪਾਂ ਉਸਤਾਦ ਜੀ ਪਹੁੰਚ ਗਏ ਟਾਵਰ ਦੇ ਕੋਲ, ਆ ਗਿਆ, ਹੁਣ ਇੱਕ ਸੜਕ ਆਪਾਂ ਪਾਰ ਕਰਨੀ ਹੈ, ਅਤੇ ਆ ਟਾਵਰ ਮਾਸ਼ਾਅੱਲਾ ਆ ਗਿਆ। ਤੁਹਾਨੂੰ ਕੋਲ ਜਾ ਕੇ ਵੀ ਦਿਖਾਉਂਦੇ ਹਾਂ ਇਹ। ਹਾਂ, ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਗੱਲ ਯਾਦ ਆ ਗਈ, ਇਹਦੇ ਉੱਤੇ ਵੀ ਮੈਂ ਚੜਿਆ ਹੋਇਆ, ਕੋਲ ਤਾਂ ਨਹੀਂ ਲੇਕਿਨ ਥੋੜ੍ਹਾ ਸਾ ਤੁਹਾਨੂੰ ਮੈਂ ਕਰਨਾ, ਨਜ਼ਦੀਕ ਜਾ ਕੇ ਨਾ ਤੁਹਾਨੂੰ ਮੈਂ ਦੱਸਣਾ ਮੈਂ ਕਿੱਥੇ ਤੱਕ ਚੜੀ ਹਾਂ। ਹੋਏ ਹੋਏ, ਇੱਕ ਵਾਰੀ ਉੱਤੇ ਚੇਹਰੇ ਮਿਲਦੇ ਭਾਈ, ਫਰਿਸ਼ਤੇ ਨਜ਼ਰ ਆ ਗਏ। ਟਾਵਰ ਤਾਂ ਆਪਣਾ ਵਾ, ਲੇਕਿਨ ਇੱਥੇ ਬਾਹਰ ਲਿਖਿਆ ਹੋਇਆ ਵਾ ਸਕਿਉਰਟੀ ਗਾਰਡ ਦੀ ਇਜਾਜ਼ਤ ਕੇ ਬਗੈਰ ਅੰਦਰ ਆਉਣਾ ਮਨਾ ਹੈ, ਉਹ ਤਾਂ ਕੋਈ ਮਸਲਾ ਨਹੀਂ, ਆਪਣਾ ਟਾਵਰ ਹੀ ਹੈ, ਅਤੇ ਅੰਦਰ ਭੈਣ ਨੂੰ ਕਿੱਧਰ ਹੀ ਬੰਨੇ ਹੋਏ ਕੁੱਤੇ, ਦੇਖਣ ਦਾ ਖਤਰਨਾਕ ਲੱਗ ਰਿਹਾ, ਅੰਦਰ ਨਹੀਂ ਜਾਣਾ, ਆਪਾਂ ਬਾਹਰੋਂ ਵੀ ਲੋ ਕੇ ਵੀਡੀਓ ਬਣਾ ਚੜ੍ਹਨੇ ਹਾਂ। ਟਾਵਰ ਮੈਂ ਤੈਨੂੰ ਦੱਸਣਾ, ਤੈਨੂੰ ਅੰਦਰ ਉਹਦੀ ਗੇਟ ਖੋ ਕੇ ਦੱਸਣਾ, ਅੰਦਰ ਤੈਨੂੰ ਨਹੀਂ ਜਾ ਸਕਦਾ, ਮੈਂ ਮੰਨਣਾ ਨਹੀਂ ਹੈ, ਅੱਤੋਂ ਉਹ ਸੀੜੀਆਂ ਉੱਤੋਂ ਮੈਂ ਚੜ੍ਹਦਾ ਵਾਂ, ਅਤੇ ਚੜ੍ਹਦੇ 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 ਆ ਨਹੀਂ ਜੰਗਲਾ ਆ, ਆਹ ਜਾਲੀ ਆਈ ਨਜ਼ਰ, ਅਤੀ ਤੱਕ ਚੜ੍ਹਿਆ ਮੈਂ। ਹੋਏ ਹੋਏ, ਹਜੇ ਤਾਂ ਬਹੁਤ ਉੱਤੇ ਪਿਆ ਸੀ, ਹੋਏ ਹੋਏ, ਮੈਂ ਕਦੋਂ ਗਿਆ ਅਤੇ ਭੈਣ ਨੂੰ ਸਾਰਾ ਪਿੰਡ ਨਜ਼ਰ ਆ ਰਿਹਾ ਸੀ, ਡਰ ਬਹੁਤ ਲੱਗਦਾ, ਆਹ ਟਾਵਰ ਹੈ।
ਹਾਂ ਫਸਲ ਗੰਦਮ ਗੁੰਦਮ ਦੇ ਵਿੱਚ ਬਣਿਆ ਆ। ਵੇ ਟਾਵਰ ਕਿਤੇ ਗਿਆ? ਉਹ ਆ ਗਿਆ ਅਤੇ ਠੀਕ ਹੈ। ਵਾਪਸ ਜਾ ਰਹੇ ਹਾਂ ਅੰਦਰ ਤਾਂ ਨਹੀਂ ਗਏ, ਅੰਦਰ ਗੁੱਤੇ ਬੰਨੇ ਹੋਏ ਸੀ ਕਿਤੇ ਪੈ ਹੀ ਨਾ ਜਾਣ। ਅਤੇ ਸਕਿਉਰਟੀ ਗਾਰਡ ਵੀ ਉਹ ਪਤਾ ਨਹੀਂ ਪਿੱਛੇ ਕਿਤੇ ਮੈਨੂੰ ਉਹਦੀ ਆਵਾਜ਼ ਤਾਂ ਆਈ ਸੀ, ਲੱਗ ਰਿਹਾ ਵਿੱਚ ਪਾਣੀ ਲਾ ਰਿਹਾ ਜਾਂ ਘੁਮਾ ਘੱਟ ਘੁੱਟ ਰਿਹਾ। ਆਪਾਂ ਅੰਦਰ ਗਏ ਨਹੀਂ, ਬਸ ਬਾਹਰ ਹੀ ਬਣਾ ਲਈ। ਹੁਣ ਆਪਾਂ ਵਾਪਸ ਜਾ ਰਹੇ ਹਾਂ। ਆਹ ਵੀ ਮੋਟਰਵੇ ਦੇ ਨਾਲ ਹੀ ਟਾਵਰ ਬਣਿਆ ਹੋਇਆ ਆਪਣਾ ਹੀ ਹੈ ਮਾਸ਼ਾਅੱਲਾ। ਹੁਣ ਆਪਾਂ ਵਾਪਸ ਜਾ ਰਹੇ ਹਾਂ ਤੋਂ ਚੱਲਦੇ ਹਾਂ ਸਾਡੇ ਗਾਓਂ ਦੇ ਨਾਲ ਇੱਕ ਹੋਰ ਗਾਓਂ, ਉਹ ਵੀ ਮਾਸ਼ਾਅੱਲਾ ਬਹੁਤ ਪਿਆਰਾ ਹੈ। ਆਹ ਇੱਕ ਹੋਰ ਮੋਟਰਵੇ ਦਾ ਪੁੱਲ ਆ ਗਿਆ, ਉਹ ਨਜ਼ਰ ਹੀ ਨਹੀਂ ਆ ਰਿਹਾ ਕੁਛ ਕੈਮਰੇ 'ਚ, ਉਹ ਆਇਆ ਜੀ ਅੱਗੇ ਵੀ ਕਮਾ ਤਾ। ਅਤੇ ਚੱਲਦੇ ਹਾਂ ਆਪਾਂ, ਆ ਜਾਓ। ਅਤੇ ਆ ਬਹੁਤ ਪਿਆਰੀ ਸਰਕੇ ਸੋਹਣੀਆਂ ਅਤੇ ਆ ਵੀ ਵੱਧਦੀ ਹੈ। ਇੱਥੇ ਵੀ 5-7 ਘਰ ਬਣੇ ਹੋਏ ਆ ਮਸਜਿਦ, ਮਾਸ਼ਾਅੱਲਾ ਬਹੁਤ ਪਿਆਰੀ ਹੈ। ਦੋ ਪਾਰਕ ਦੇ ਨਿਕਾਸ ਆ ਰਹੇ ਅਤੇ ਮੁੰਡੇ ਬੈਟ ਬੋਲ ਖੇਡ ਰਹੇ ਆ। ਨਜ਼ਰ ਆਇਆ ਆ ਸਕੂਲ ਹੈ, ਸਕੂਲ ਨਹੀਂ ਹੋਸਪਿਟਲ। ਬੈਟਲ ਸ਼ੂਟਰ ਲਾ ਰਹੇ, ਮਜ਼ਾ ਆ ਗਿਆ। ਬਰਸਤੀ ਦੀ ਸਪੀਡ ਹੈ। ਆਪਾਂ ਫਿਰ ਉਹੀ ਜਗ੍ਹਾ ਆ ਗਏ ਹਾਂ ਜਿੱਥੇ ਆਪਾਂ ਮੋਟਰਵੇ ਦੀ ਵੀਡੀਓ ਬਣਾਈ ਹੈ। ਅਤੇ ਹੁਣ ਆਪਾਂ ਘਰ ਵਾਪਸ ਜਾ ਰਹੇ ਨਹੀਂ, ਬਲਕਿ ਯਾਦ ਆ ਗਿਆ ਆਪਾਂ ਘਰ ਨਹੀਂ ਜਾ ਰਹੇ। ਆਪਾਂ ਨੂੰ ਇੱਕ ਕੰਮ ਸੀ, ਆਪਾਂ ਦੁਕਾਨ 'ਤੇ ਜਾਣਾ, ਦੁਕਾਨ ਤੋਂ ਘੀ ਲੈਣਾ ਅਤੇ ਨਾਲ ਇੱਕ ਦੂਜੀ ਸੋਲ ਲੈਣੀ ਸੀ, ਪਤਾ ਨਹੀਂ ਧਨੀਆ ਹਰੀ ਮਿਰਚ ਲੈਣਾ ਸੀ, ਉਹ ਪਹਿਲੇ ਉਹ ਲੈਂਦੇ ਹਾਂ ਆਪਾਂ, ਫਿਰ ਘਰ ਜਾਂਦੇ ਹਾਂ। ਠੀਕ ਹੈ ਆ ਜਾਓ। ਦੁਕਾਨ ਪਹੁੰਚ ਗਏ ਆਪਾਂ, ਸੌਦਾ ਲੈ। ਅੱਧਾ ਕਿਲੋ ਕਵਰ ਦੇ ਦਿਓ, ਲੈਣ ਗਿਆ ਹੈ ਕਿ ਅੰਦਰੋਂ ਗਿਆ ਲੈਣ ਕੁਛ ਖਾਣਾ ਪੀਣਾ, ਕੇਕ ਸ਼ੇਕ ਬਿਸਕਿਟ ਕੋਈ ਸੁਪਰ ਕੋਈ ਪੀਣਾ, ਲੈਮਨ ਸ਼ੈਮਨ ਖਾਣਾ ਦੱਸੋ, ਮੈਂ ਭੇਜ ਦੇਣਾ, ਕੋਈ ਮਸਲਾ ਨਹੀਂ। ਦਿਲ ਖੋਲ੍ਹਿਆ ਆਪਣਾ, ਕੋਈ ਮਾਸਕ ਸਜਾ ਦਿਓ, ਮਾਸ਼ਾਅੱਲਾ ਸਾਰੇ ਇੱਕ ਵਾਰ ਦਰੂਸ਼ੀ ਪੜ੍ਹ ਦਿਓ। ਹੁਣ ਕਰ ਲੈਂਦੇ ਹਾਂ ਅਤੇ ਹੁਣ ਆਪਾਂ ਮਿਲਾਂਗੇ ਸੁਬਾਹ ਨਵੇਂ ਵਲੋਗ ਦੇ। ਓਕੇ, ਅੱਲਾ ਹਾਫਿਜ਼।